ਸੱਚਾ ਆਪ ਸੱਚਾ ਦਰਬਾਰ ਪਾਪ ਕਮਾਣੇ ਪਾਪੀ ਜਾਣੀਏ। ਲੋ ਮੈਂ ਤੇ ਆਹ ਗੱਲ ਸਮਝਾ ਰਿਹਾ, ਅੱਜ 10 ਦਿਨ ਹੋ ਗਏ ਨੇ, 20 ਪ੍ਰੋਗਰਾਮ ਹੋ ਗਏ, ਜਿਨ੍ਹਾਂ ਨੇ ਗੁਰੂ ਨਾਲ ਧਰੋਹ ਕੀਤਾ, ਜਿਨ੍ਹਾਂ ਨੇ ਸਿੱਖੀ ਨਾਲ ਧਰੋਹ ਕੀਤਾ, ਈਵਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਉੱਚਤਾ ਵਡਿਆਈ ਮਲੀਅਮੇਟ ਕਰਕੇ ਗੁਲਾਮ ਕਰਕੇ ਰੱਖ ਦਿੱਤੀ ਹੈ। ਆ ਜਿਹੜੇ ਵੀਰ ਮੈਨੂੰ ਕਹਿਣਾ ਪੈਂਦਾ ਆਖ ਗਏ ਨੇ ਤੇ ਖੌਰੇ ਇਹ ਪਾਪ ਕੁਮਾਰ ਰਹੇ ਨੇ ਜੀ, ਜਿਹੜੇ ਬੋਲ ਰਹੇ ਨੇ, ਮੈਂ ਪੁੱਛਣਾ ਚਾਹੁੰਦਾ ਉਹ ਤੁਹਾਡੇ ਨਾਲ ਵੀ ਹੋਇਆ ਹੈ, ਤੁਹਾਡੇ ਨਾਲ ਵੀ ਹੋਇਆ, ਤੁਹਾਡੀ ਇੱਕ ਚੰਗੀ ਗੱਲ ਨੂੰ ਵੀ ਇਗਨੋਰ ਕਰਕੇ ਮੱਖਣ ਵਿੱਚੋਂ ਕੱਢਣ ਵਾਲੇ ਵਾਲ ਵਾਂਗੂ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਾਸੇ ਕਰ ਦਿੱਤਾ ਗਿਆ। ਇਹੋ ਗੱਲ ਮੈਂ ਕਹਿਣਾ ਕੀ ਉਪਨ ਸੀ ਜਿਹਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਗੁਲਾਮ ਕਰਕੇ ਰੱਖਿਆ ਹੋਇਆ, ਜਿਹਨੇ ਗੁਰੂ ਦਾ ਧਰੋਹੀ ਬਣ ਕੇ ਗੁਰੂ ਦੇ ਸਿਧਾਂਤ ਨੂੰ ਮਲੀਅਮੇਟ ਕੀਤਾ ਹੈ ਤੇ ਸਾਰੀ ਮਨ ਮਤ ਲਿਆ ਕੇ ਉੱਥੇ ਖੜੀ ਕਰ ਦਿੱਤੀ ਹੈ, ਜਿਹਨੇ ਸਿੱਖੀ ਨਾਲ ਧਰੋਹੀ ਕਰਕੇ ਉਹਨਾਂ ਕੋਲੋਂ ਸਰੂਪ ਤੇ ਸਿਧਾਂਤ ਖੋਹ ਲਿਆ ਤੇ ਅੱਗੇ ਵੇਚ ਦਿੱਤਾ ਹੈ, ਐਸਾ ਮਨੁੱਖ ਪਛਾਣੋ। ਮੇਰਾ ਮਕਸਦ ਤਾਂ ਇਹ ਹੈ, ਮੈਂ ਤਾਂ ਇਹ ਨਹੀਂ ਕਹਿ ਰਿਹਾ ਇਹਨੂੰ ਵੋਟ ਪਾਓ, ਮੈਂ ਕਹਿੰਦਾ ਇਹਨੂੰ ਵੋਟ ਨਾ ਪਾਓ, ਬਸ ਆ ਫਰਕ ਹੈ, ਉਹ ਮੈਂ ਪਛਾਣ ਦੇਣਾ ਚਾਹੁੰਦਾ ਤੇ ਉਸ ਨੂੰ ਪਛਾਣਨਾ ਸਾਡੀ ਜ਼ਿੰਦਗੀ ਦਾ ਨਿਸ਼ਾਨਾ ਹੋਵੇ। ਤੇ ਜੇ ਇਹ ਵੀ ਪਾਪ ਹੈ, ਮੈਂ ਉਸ ਵੀਰ ਕੋਲੋਂ ਪੁੱਛਣਾ ਚਾਹੁੰਦਾ ਜਿਹਦੇ ਨਾਲ ਆਪਣੇ ਨਾਲ ਹੋਈ ਹੈ, ਤੇ ਇੱਥੇ ਉਹਨੇ ਲਫ਼ਜ਼ ਕਿਤੇ ਇਹਨਾਂ ਦਿਨਾਂ ਵਿੱਚ ਵਰਤੇ ਨੇ ਕਿ ਪਾਪ ਕਮਾਇਆ, ਮੈਂ ਪੁੱਛਣਾ ਚਾਹੁੰਦਾ ਜਿਸ ਤਰ੍ਹਾਂ ਤੁਹਾਡੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਲਾਮੀ ਦਾ ਚਿੰਨ੍ਹ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਰਤਾਓ ਕੀਤਾ ਗਿਆ, ਤੇ ਜੇ ਮੈਂ ਉਹਨਾਂ ਦਾ ਚਿਹਰਾ ਬੇਨਕਾਬ ਕਰਾਂ ਇਹ ਪਾਪ ਹੈ, ਤੇ ਫਿਰ ਮੈਨੂੰ ਤੁਸੀਂ ਸਮਝਾ ਦਿਓ ਪੁੰਨ ਕਿਹੜਾ ਹੈ, ਕਮ ਸੇ ਕਮ ਸਮਝਾਓ ਤੇ ਸਹੀ ਨਾ ਪੁੰਨ ਕਿਹੜਾ ਹੈ। ਨਹੀਂ, ਗੁਰੂ ਕੇ ਦਰਬਾਰ ਅੰਦਰ ਸੱਚ ਆਖਣਾ, ਗੁਰੂ ਕਹਿੰਦੇ ਨੇ ਰੱਬ ਦਾ ਫੈਸਲਾ ਹੈ, ਇਹ ਥਾਂ ਹੀ ਐਸੀ ਹੈ, ਇੱਥੇ ਪਾਪ ਪੁੰਨ ਵਿਚਾਰੀਏ, ਇੱਥੇ ਪਾਪ ਅਤੇ ਪੁੰਨ ਦੀ ਵਿਚਾਰ ਹੁੰਦੀ ਹੈ। ਜਿਹੜੇ ਲੋਕ ਗੁਰੂ ਕੋਲੋਂ ਵੀ ਪਾਪ ਅਤੇ ਪੁੰਨ ਦੇ ਗਿਆਨ ਸਮਝ ਨਹੀਂ ਲੈ ਸਕਦੇ, ਮੈਂ ਸਮਝਾਂਗਾ ਉਹਨਾਂ ਨੂੰ ਪਾਪ ਪੁੰਨ ਦੀ ਸਾਰੀ ਕੋਈ ਨਹੀਂ, ਇਹ ਗੱਲ ਗੁਰੂ ਨੇ ਵੀ ਆਖ ਦਿੱਤੀ, ਕਹਿਣ ਲੱਗੇ ਪਾਪ ਪੁੰਨ ਕੀ ਸਾਰ ਨ ਜਾਣੇ, ਪਾਪ ਪੁੰਨ ਕੀ ਸਾਰ ਨ ਜਾਣੇ, ਭੁੱਲੋ ਫਿਰੇ ਅਜਾਣੀ, ਪਾਪ ਪੁੰਨ ਕੀ ਸਾਰ ਨ ਜਾਣੀ, ਦੂਜੇ ਲਾਗੀ ਭਰਮ ਭੁਲਾਣੀ, ਧਰਮ ਕਰੇ ਸੋ ਧਰਮੀ ਨਾ ਹੋਵੇ, ਧਰਮ ਕਰੇ ਸੋ ਧਰਮੀ ਨਾ ਹੋਵੇ, ਪਾਪ ਕਮਾਣੇ ਪਾਪ ਕਮਾਣੇ ਪਾਪੀ ਜਾਣੀਏ, ਸੱਤੀ ਪਹਿਰੀ ਸਤ ਭਲਾ, ਸੱਤੀ ਪਹਿਰੀ ਸਤ ਭਲਾ,
ਪੜਿਆ ਪਾਸ ਉੱਥੇ ਉੱਥੇ ਪਾਪ ਪੁੰਨ ਵਿਚਾਰੀਏ ਉੱਥੇ ਪਾਪ ਪੁੰਨ ਵਿਚਾਰ ਲਿਸਟ ਬੜੀ ਵੱਡੀ ਹੈ ਪਾਪ ਲੱਗਦੇ ਪਾਪੇ ਪਸਾਰਾ ਮੈਂ ਕਿਹੜੀ ਕਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਾਂ ਮੇਰੇ ਸਾਹਮਣੇ ਕੇਸ ਆ ਜਾਂਦਾ ਸੱਚਾਈਆਂ ਫਾਈਲਾਂ ਬਿਆਨ ਕਰਨਾ ਚਾਹੁੰਦਾ ਲੁਧਿਆਣੇ ਦੀ ਰਹਿਣ ਵਾਲੀ ਬੱਚੀ ਬੀਬੀ ਪ੍ਰਭਜੋਤ ਕੌਰ ਅੰਮ੍ਰਿਤਧਾਰੀ ਗੁਰਸਿੱਖ ਬੱਚੀ ਗੁਰੂ ਕੀ ਕੀਰਤਨੀਆਂ ਬੱਚੀ ਉਹਨੂੰ ਆਪਣੇ ਏਜੰਟ ਦੇ ਰਾਹੀਂ ਵਰਗਲਾ ਕੇ ਨੂਰ ਮਹਿਲੀਆ ਅਸ਼ੂਤੋਸ਼ ਲੈ ਗਿਆ ਕੁਛ ਦਿਨਾਂ ਵਿੱਚ ਉਸਨੂੰ ਪਤਿਤ ਕਰ ਦਿੱਤਾ ਗਿਆ ਉਹਦਾ ਨਾਂ ਸੁਖਸ਼ਮ ਭਾਰਤੀ ਜਾਂ ਐਸਾ ਰੱਖ ਦਿੱਤਾ ਗਿਆ ਪ੍ਰਭਜੋਤ ਕੌਰ ਤੋਂ ਉਹਦੀ ਮਾਤਾ ਰੋਂਦੀ ਕੁਰਲਾਉਂਦੀ ਨੇ ਹਰ ਇੱਕ ਅਥਾਰਟੀ ਧਾਰਮਿਕ ਅਤੇ ਰਾਜਨੀਤਿਕ ਅਥਾਰਟੀ ਕੋਲ ਹਾਲ ਪਹਿਰਿਆ ਪਾਇਆ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵੀ ਭੇਜੀਆਂ ਚਿੱਠੀਆਂ ਅਤੇ ਸਾਰੀਆਂ ਫਾਈਲਾਂ ਕਿਤੇ ਵੀ ਸੁਣਵਾਈ ਨਾ ਹੋਈ ਕਿਉਂਕਿ ਪਿੱਛੇ ਕੋਈ RSS ਵਰਗੀ ਸੁਸਾਇਟੀ ਬੈਠੀ ਸੀ ਨਤੀਜਾ ਨਿਕਲਿਆ ਅਖੀਰ ਉਹ ਮੇਰੇ ਕੋਲ ਵੀ ਆਈ ਉਹਨੇ ਆਪਣੀ ਸਾਰੀ ਫਾਈਲ ਲਿਆਂਦੀ ਸਮੇਤ ਫੋਟੋ ਨੇ ਉਸ ਬੱਚੀ ਨੂੰ ਇੰਨਾ ਵਰਗਲਾਇਆ ਗਿਆ ਕਿ ਉਹ ਆਖੇ ਮੇਰੀ ਮਾਂ ਮੈਨੂੰ ਲੈਣ ਕਿਉਂ ਆਉਂਦੀ ਹੈ ਔਰ ਉਹਦੀ ਚਿੱਠੀ ਵਿੱਚੋਂ ਜਿਹੜੀ ਗੱਲ ਮੈਨੂੰ ਹੋਰ ਅੰਦਰੋਂ ਕੁਰਲਾਟ ਵਾਲੀ ਮਿਲੀ ਉਹ ਚਿੱਠੀ ਲਿਖਦੀ ਹੈ ਕਹਿੰਦੀ ਹੈ ਇੱਥੇ ਤਾਂ ਮੇਰੇ ਵਰਗੀਆਂ 300 ਬੱਚੀਆਂ ਹੋਰ ਬੈਠੀਆਂ ਨੇ ਧੀਆਂ ਬੈਠੀਆਂ ਨੇ ਕਿਸੇ ਦਾ ਮਾਂ ਪਿਓ ਕਦੀ ਨਹੀਂ ਆਇਆ ਮੇਰੀ ਮਾਂ ਮੇਰੇ ਮਗਰ ਕਿਉਂ ਪਈ ਮਹਿਰਾ ਨੂੰ ਕਿਹਾ ਹੈ ਪੰਜਾਬ ਦੀ ਧਰਤੀ 'ਤੇ ਜਿਹੜਾ ਸਿੱਖ ਕਦੀ ਇਹ ਗੱਲ ਆਖਦਾ ਸੀ ਮੈਂ ਦੂਜਿਆਂ ਦੀਆਂ ਧੀਆਂ ਭੈਣਾਂ ਛੁਡਾ ਕੇ ਲਿਆਂਦੀਆਂ ਨੇ ਘਰ ਘਰ ਪਹੁੰਚਾਈਆਂ ਨੇ ਪੰਜਾਬ ਦੀ ਧਰਤੀ 'ਤੇ ਪੰਜਾਬ ਦੇ ਰਹਿਣ ਵਾਲੇ ਮਨੁੱਖ ਦੀਆਂ ਧੀਆਂ 300 ਦੇ ਕਰੀਬ ਉਸੇ ਪੰਜਾਬ ਦੀ ਧਰਤੀ 'ਤੇ ਨੂਰ ਮਹਿਲੀਆ ਲੈ ਕੇ ਬੈਠਾ ਚਿੱਠੀ ਮੈਂ ਤੁਹਾਡੇ ਸਾਹਮਣੇ ਰੱਖ ਸਕਣਾ ਬੈਠਾ ਹੋਵੇ ਅਤੇ ਸਿੱਖ ਅਖਵਾਉਣ ਵਾਲੇ ਕੋਈ ਕੁਛ ਨਾ ਕਰ ਸਕਣ ਬਲਕਿ ਉਸੇ ਨੂਰ ਮਹਿਲੀਏ ਦੇ ਅਸ਼ੂਤੋਸ਼ ਦੇ ਚਰਨਾਂ ਵਿੱਚ ਬੈਠਾ ਹੋਇਆ ਤੁਹਾਡਾ ਪੰਥ ਦਾ ਪਰਿਵਾਰ ਉਹਦੇ ਕੋਲੋਂ ਮਦਦ ਮੰਗ ਰਿਹਾ ਹੋਵੇ ਫੋਟੋਆਂ ਨੇ ਕਿਵੇਂ ਮੈਂ ਆਖਾਂ ਇਹ ਪਾਪ ਨਹੀਂ ਇਹ ਉਹ ਸਿੱਖ ਹੈ ਜਿਹੜਾ ਕਦੀ ਲੋਕਾਂ ਦੀਆਂ ਧੀਆਂ ਭੈਣਾਂ ਛੁਡਾਉਣ ਦੇ ਦਾਅਵੇ ਕਰਦਾ ਅਤੇ ਉੱਚੀ ਆਵਾਜ਼ਾਂ ਵਿੱਚ ਇੱਕ ਗੌਰਵ ਅਤੇ ਫਖਰ ਨਾਲ ਆਖਦਾ ਸੀ ਅਸੀਂ ਲੋਕਾਂ ਦੀਆਂ ਧੀਆਂ ਛੁਡਾ ਕੇ ਲਿਆਂਦੀਆਂ ਨੇ ਆਪਣੀਆਂ ਧੀਆਂ ਛੁਡਾ ਕੇ ਵਿਖਾ ਪਹਿਲੀ ਮੀਟਿੰਗ ਹੋਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਹ 3 ਸਾਲ ਪੁਰਾਣੀ ਗੱਲ ਹੈ ਮੇਰੇ ਕੋਲ ਸਾਰੇ ਸਬੂਤ ਨੇ ਸਿੰਘ ਸਾਹਿਬ ਨੇ ਮੈਨੂੰ ਵੀ ਉਸ ਮੀਟਿੰਗ ਵਿੱਚ ਮੈਨੂੰ ਵੀ ਬੁਲਾਇਆ ਉਹਦਾ ਏਜੰਡਾ ਸੀ ਕਿ ਪੰਥ ਵਿਰੋਧੀ
ਕਾਰਵਾਈਆਂ ਦੇ ਅਸ਼ੂਤੋਸ਼ ਨੂਰ ਮਹਿਲੀਏ ਦੇ ਪੰਥ ਵਿਰੋਧੀ ਕਾਰਵਾਈਆਂ ਦੇ ਸੰਬੰਧ ਵਿੱਚ ਵਿਚਾਰ ਇਹ ਏਜੰਡਾ ਦਿੱਤਾ, ਕਿਉਂਕਿ ਹਾਲਾਤ ਐਸੇ ਪੈਦਾ ਹੋ ਗਏ ਸਨ, ਬਹੁਤ ਰੌਲਾ ਪੈ ਚੁੱਕਾ ਸੀ, ਖਾਲਸਾ ਪੰਚਾਇਤਾਂ ਵਾਲਿਆਂ ਨੇ ਵੀ ਤਗੜੇ ਹੋ ਕੇ ਇਸ ਇਸ਼ੂ ਨੂੰ ਲਿਆ ਸੀ, ਬੁਲਾਇਆ। ਦਾਸ ਨੇ ਪਹਿਲਾਂ ਜਾਂਦਿਆਂ ਇੱਕ ਸਵਾਲ ਕੀਤਾ, ਬਕਾਇਦਾ ਪੇਪਰਾਂ 'ਚ ਆ ਚੁੱਕਾ ਹੈ, ਉਸ ਵਕਤ ਦੇ ਪੇਪਰ ਮੇਰੇ ਕੋਲ ਮੌਜੂਦ ਨੇ। ਉਹਦੇ ਵਿੱਚ ਸਰਦਾਰ ਮਨਜੀਤ ਸਿੰਘ ਕਲਕੱਤਾ ਵੀ ਉਸ ਮੀਟਿੰਗ ਵਿੱਚ ਬੈਠੇ ਸਨ, ਮਨਜੀਤ ਸਿੰਘ ਤਰਨਤਾਰੀਆਂ ਵੀ ਬੈਠਾ ਸੀ, ਮੇਜਰ ਸਿੰਘ ਉਬੋਕੋ ਵੀ ਬੈਠਾ ਸੀ, ਕੁਲਦੀਪ ਸਿੰਘ ਬਡਾਲਾ ਵੀ ਬੈਠਾ ਸੀ, ਸਾਰੇ ਉਹਦੇ ਉਸ ਮੀਟਿੰਗ ਵਿੱਚ ਹਾਜ਼ਰ ਸਨ। ਮੈਂ ਹੱਥ ਜੋੜ ਕੇ ਖੜੋ ਕੇ ਪਹਿਲੀ ਇੱਕ ਲਫ਼ਜ਼ ਕਹੇ, ਮੈਂ ਕਿਹਾ ਮੈਂ ਇਸ ਮੀਟਿੰਗ ਦੀ ਅਗਲੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਤੁਹਾਡੇ ਕੋਲ ਸਵਾਲ ਕਰਕੇ ਜਵਾਬ ਮੰਗਣਾ, ਤਾਂ ਕਿ ਉਹਦੇ ਆਧਾਰ 'ਤੇ ਅਸੀਂ ਮੀਟਿੰਗ ਸ਼ੁਰੂ ਕਰੀਏ। ਮੈਂ ਆਖਿਆ ਮੈਂ ਪੁੱਛਣਾ ਚਾਹੁੰਦਾ, ਅਸ਼ੂਤੋਸ਼ ਨੂੰ ਤੁਸੀਂ ਲਿਖ ਰਹੇ ਹੋ ਪੰਥ ਵਿਰੋਧੀ ਕਾਰਵਾਈਆਂ ਦੇ ਬਦਲੇ ਵਿੱਚ, ਅਤੇ ਮੈਂ ਪੁੱਛਣਾ ਚਾਹੁੰਦਾ ਜਿਹੜਾ ਪਰਿਵਾਰ ਉਹਦੀ ਚਰਨ ਸ਼ਰਨ ਵਿੱਚ ਬੈਠਾ ਹੈ ਉਹ ਕੌਣ ਹੈ, ਉਹਨੂੰ ਤੁਸੀਂ ਪੰਥਾ ਕਰੇ, ਇਹ ਮੇਰਾ ਸਵਾਲ ਸੀ, ਇਹ ਭਰੀ ਮੀਟਿੰਗ ਵਿੱਚ ਸੀ। ਜਿੰਨੇ ਉਹਨਾਂ ਕੋਲੋਂ ਗੋਲੀਆਂ ਖਾਧੀਆਂ ਖਾਲਸਾ ਪੰਚਾਇਤਾਂ ਵਾਲਿਆਂ ਅਤੇ ਜੇਲ੍ਹਾਂ ਵਿੱਚ ਰਹੇ, ਉਹਨਾਂ ਨੂੰ ਤੁਸੀਂ ਆਖਿਆ ਜੀ ਇਹ ਤਾਂ ਕਾਂਗਰਸੀ ਨੇ, ਅਤੇ ਫਿਰ ਮੈਂ ਆਖਿਆ ਤਾਂ ਬਹੁਤ ਚੰਗੀ ਗੱਲ ਹੈ, ਤੁਸੀਂ ਸਪਸ਼ਟ ਕਰ ਦਿੱਤਾ ਵੀ ਕਾਂਗਰਸ ਅਸ਼ੂਤੋਸ਼ ਦੇ ਖਿਲਾਫ ਹੈ, ਤੁਸੀਂ ਨਹੀਂ, ਤੁਸੀਂ ਆਪੇ ਕਰਦੇ ਹੋ। ਜਿਹੜਾ ਉਹਦੇ ਅਗੇਂਸਟ ਕੋਈ ਐਕਸ਼ਨ ਲੈਂਦਾ ਉਹਨੂੰ ਤੁਸੀਂ ਕਹਿੰਦੇ ਹੋ ਕਾਂਗਰਸੀ ਹੈ, ਅਤੇ ਜਿਹੜਾ ਉਹਦੀ ਚਰਨ ਸ਼ਰਨ ਵਿੱਚ ਪਰਿਵਾਰ ਬੈਠਾ ਹੋਵੇ ਉਹਨੂੰ ਤੁਸੀਂ ਕਹਿੰਦੇ ਹੋ ਪੰਥ ਹੈ। ਪਹਿਲਾਂ ਇਸ ਗੱਲ ਦਾ ਫੈਸਲਾ ਕਰ ਲਓ, ਮੈਂ ਕਿਹਾ ਆਪਾਂ ਮੀਟਿੰਗ ਅਗਲੀ ਫਿਰ ਸ਼ੁਰੂ ਕਰਨੀ ਹੈ, ਇਹ ਸਾਰੀ ਗੱਲ ਪੇਪਰਾਂ 'ਚ ਆ ਚੁੱਕੀ ਹੋਈ ਹੈ। ਮੇਰੇ ਕਹਿਣ ਦਾ ਮਤਲਬ, ਇਸ ਤੋਂ ਵੱਡੇ ਹੋਰ ਗੁਨਾਹ ਪਾਪ ਕੀ ਕੋਈ ਕਰ ਸਕਦਾ ਹੈ, ਅਤੇ ਕਿੰਨੀ ਕੁ ਢੇਰੀ ਪਾਪਾਂ ਦੀ ਬੋਲ ਵੱਡਾ ਕਰ ਸਕਦਾ ਜਿਹੜਾ ਪੰਜਾਬ ਅਤੇ ਸਿੱਖੀ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਮਾਣ ਵਡਿਆਈ ਵੇਚ ਕੇ ਫਿਰ ਉਹਦੀ ਸ਼ਰਨ ਵਿੱਚ ਬੈਠਾ ਹੋਵੇ, ਤੂੰ ਮੈਨੂੰ ਮੇਰੀ ਮਦਦ ਕਰ ਸਿਆਸਤ ਵਿੱਚ ਮੈਨੂੰ ਸਤਾ 'ਤੇ ਬਿਠਾਉਣ ਲਈ। ਜੇ ਸਾਡੀ ਸਤਾ ਅਤੇ ਸਿਆਸਤ ਇੰਨੀ ਬੁਜ਼ਦਿਲ ਅਤੇ ਕਮਜ਼ੋਰ ਅਤੇ ਇੰਨੀ ਨਿੱਗਰੀ ਹੋ ਗਈ ਹੈ, ਤਾਂ ਮੈਂ ਕਹਿੰਦਾ ਇਸ ਸਿਆਸਤ ਤੋਂ ਵੀ ਬਚਣਾ ਚਾਹੀਦਾ। ਗੁਰੂ ਬਖਸ਼ਿਸ਼ ਕਰੇ, ਕਮ ਸੇ ਕਮ ਸਾਡੇ ਧਰਮ ਨੂੰ ਜ਼ਰੂਰ ਬਚਾ ਲਏ, ਸਾਡਾ ਧਰਮ ਤੇ ਨਿਰਪੱਖ ਅਤੇ ਸਵੱਛ ਪਵਿੱਤਰ ਬਣਿਆ ਰਹੇ, ਧਰਮ ਅਸਥਾਨ ਪਵਿੱਤਰ ਬਣੇ ਰਹਿਣ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।